ਜਿਵੇਂ ਕਿਤੇ ਨਾ ਕਿਤੇ ਕਹਿੰਦੇ ਕਿ ਸਿੱਧੂ ਵਿੱਚ ਹੰਕਾਰ ਸੀ ਜਾਂ ਸਿੱਧੂ ਵਿੱਚ ਪੈਸਾ ਬੋਲਦਾ ਸੀ, ਕਿਵੇਂ ਲੱਗਦੇ ਤੁਹਾਨੂੰ, ਕਿਸ ਤਰ੍ਹਾਂ ਹੰਕਾਰ ਸੀ? ਹੰਕਾਰ ਬੋਲਦਾ ਹੁੰਦਾ ਬਈ ਆ ਨਾ ਆਉਂਦੇ ਇੱਥੇ, ਜੇ ਹੰਕਾਰ ਹੁੰਦਾ ਆ ਉਹਨੂੰ ਦੇਖ ਕੇ ਬੰਨਣ ਲੱਗਿਆ ਬਾਈ ਪੱਗ। ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾਗਾ ਇੱਥੇ ਹੰਕਾਰ ਵਾਲੀ ਗੱਲ ਦੇ ਉੱਪਰ। ਹੰਕਾਰ ਹੈ ਜਿਹਨਾਂ ਤੇ ਕਈ ਇੱਥੇ ਡਰਦੇ, ਕੋਈ ਨਾਮ ਨਹੀਂ ਲੈਂਦੇ ਹੋਣਗੇ, ਪਰ ਮੈਂ ਸਿੱਧਾ ਨਾਮ ਲੈਂਦਾ। ਜੇ ਹੰਕਾਰ ਸੀਗਾ, ਹੰਕਾਰ ਹੀ ਬੰਦਾ ਹੈਗਾ ਬੱਬੂ ਮਾਨ ਵੀਰੇ, ਜਿਹੜਾ ਵੀ ਉਹਨੂੰ ਮਿਲਣ ਜਾਂਦਾ ਜਾਂ ਉਹਨੂੰ ਧੱਕੇ ਮਾਰਦਾ ਜਾਂ ਉਹਦੇ ਥੱਪੜ ਮਾਰਦਾ। ਤੁਸੀਂ ਵੀ ਕਈ ਵੀਡੀਓ ਵੇਖੀਆਂ ਹੋਣੀਆਂ, ਕਿਸੇ ਸਰਦਾਰ ਬੰਦੇ ਥੱਪੜ ਮਾਰਿਆ, ਠੀਕ ਹੈ, ਕੋਈ ਉਹਨੂੰ ਸਟੇਜ ਤੇ ਮਿਲ ਜਾਂਦਾ ਉਹਨੂੰ ਧੱਕੇ ਮਾਰਦਾ ਹੈਗਾ। ਇਹ ਵੀਰੇ ਲਾਰੈਂਸ ਹੈ ਜਿਹੜਾ ਆਪਣੇ ਆਪ ਨੂੰ ਵੱਡਾ ਗੁੰਡਾ ਮੰਨਦਾ ਨਾ, ਮੈਂ ਇਹ ਗੱਲ ਕਹਿਣਾ ਹੈਗਾ ਵੀ ਲਾਰੈਂਸ ਇੱਕ ਵਾਰੀ ਐਂ ਕਹਿ ਕੇ ਕਹਿੰਦੇ ਵੀ ਬਿਨਾਂ ਸਕਿਉਰਿਟੀ ਤੋਂ ਮੈਂ ਮਾਨਸਾ ਰਹੇਗਾ, ਠੀਕ ਹੈ, ਇਹ ਮਾਨਸਾ ਇੱਕ ਵਾਰੀ ਪਹੁੰਚ ਕੇ ਦੇਖ ਲੋਕ ਇਹਨੂੰ ਥਾਪੜਿਆਂ ਨਾਲ ਹੀ ਮਾਰ ਦੇਣਗੇ। ਜੀ ਬਾਈ ਜਾ ਰਹੇ ਸੀ ਕਿਸੇ ਪਾਸੇ ਤੇ ਅਸੀਂ ਐਸੇ 'ਚ ਹੀ ਰਹਿ ਗਏ ਵੀ ਚੱਲ ਮਾਨਸਾ ਦਾ ਬਾਈ ਕਦੋਂ ਮਰਜ਼ੀ ਆ ਕੇ ਮਿਲ ਜਾਂਗੇ, ਪਰ ਕੀ ਪਤਾ ਸੀ ਯਾਰ ਕਿ ਕਦੇ ਮਿਲ ਹੀ ਨਹੀਂ ਹੋਣਾ। ਲੋਕਾਂ ਨੇ ਸਿੱਧੂ ਮੂਸੇਵਾਲਾ ਲੋਕਾਂ ਨੇ ਬਣਾਇਆ ਸੀਗਾ, ਚਲੋ ਸਿੱਧੂ ਮੂਸੇਵਾਲੇ ਕਰਕੇ ਅੱਜ ਇਹ ਲੋਕ ਖੜੇ ਨੇ। ਸਿੱਧੂ ਮਰ ਗਿਆ, ਸਿੱਧੂ ਮਰਿਆ ਨਹੀਂ, ਸਿੱਧੂ ਅੱਜ ਵੀ ਜਿਉਂਦਾ, ਹਰ ਇੱਕ ਰੋਜ਼ ਜਿਉਂਦਾ ਸਿੱਧੂ। ਉਹ ਜੱਟ ਦਾ ਪਿੰਡ ਆ ਮੂਸਾ ਸੁਣੀ ਦਾ, ਮੇਰੀ ਪੈੜ ਪਵੇ ਪੀ ਵੀ ਇਕੱਤੀ ਚੋਂ, ਨਾ ਟਕਿਆ ਰਹਾ ਮੰਗੂ ਬੁੱਕਦਾ ਜਾਂਦਾ, ਸੂਈਆਂ ਟੱਪੀਆਂ ਉੱਤੇ 80 ਤੋਂ। ਉਹ ਐਂਟੀ ਲਾਉਣ ਸਕੀਮਾਂ ਸਿੱਟਣ ਲਈ, ਕਿੱਥੇ ਡਰਦੇ ਕੁੱਤਿਆਂ ਤੋਂ ਸ਼ੇਰ ਕੁੜੇ, ਸਮਝੀ ਨਾ ਮੂਸਾ ਮਰ ਚੱਲਿਆ, ਆ ਲੈ ਜੰਮਿਆ ਅੱਜ ਤੋਂ ਫੇਰ ਕੁੜੇ। ਮੈਂ ਘਰੇ ਬੈਠਾ ਸੀ ਬਾਈ ਜਦੋਂ ਖਬਰ ਆਈ ਹੈ ਨਾ, ਸਾਡੇ ਵਿਹੜੇ ਦੇ ਕਹਿਣ ਲੱਗ ਗਏ, ਕਹਿੰਦੇ ਸਿੱਧੂ ਮੂਸੇਵਾਲ ਦੇ ਗੋਲੀਆਂ ਵੱਜੀਆਂ। ਮੈਂ ਉਸੇ ਟਾਈਮ ਹੀ ਸਭ ਕੁਝ ਛੱਡ ਕੇ ਸਰਕਾਰੀ ਹਸਪਤਾਲ 'ਚ ਵੱਗ ਗਿਆ। ਉੱਥੇ ਸਰਕਾਰੀ ਹਸਪਤਾਲ 'ਚ ਰਾਤ ਦੇ 3 ਵਜੇ ਆਏ ਹਾਂ ਬਾਈ, ਉੱਥੇ ਸਾਰਾ ਦਿਨ ਸਾਰੀ ਰਾਤ ਉੱਥੇ ਹੀ ਰਹੇ। ਪਰ ਇੱਥੇ ਆ ਬਾਈ, ਕੋਈ ਗੱਲ ਨਹੀਂ, ਮਰਦੇ ਜਿੰਨਾ ਚੱਕ ਮਰਦੇ ਨਹੀਂ ਉਹਨਾਂ 'ਚ, ਉਹਨਾਂ 'ਚ ਇੱਥੇ ਹੀ ਰਹੂਗਾ ਬਾਈ। ਹਾਂਜੀ ਦੋਸਤੋ, ਅੱਜ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਜਿਹੜਾ ਉਹਦਾ ਜਨਮ ਦਿਨ ਹੈ, ਅਤੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਇਕੱਠ ਬਹੁਤ ਜ਼ਿਆਦਾ, ਬਹੁਤ ਦੂਰੋਂ ਦੂਰੋਂ ਲੋਕ ਆਏ ਹੋਏ ਆ, ਅਤੇ ਮੇਰੇ ਨਾਲ ਕੁਛ ਵੀਰ ਨੇ ਜਿਹੜੇ ਆਏ ਹੋਏ ਆ, ਉਹਨੂੰ ਦੇਖ ਰਹੇ ਕਿਸ ਤਰ੍ਹਾਂ ਲੱਗ ਰਿਹਾ ਅੱਜ। ਭਾਜੀ ਕਿਸ ਤਰ੍ਹਾਂ ਲੱਗ ਰਿਹਾ ਅੱਜ ਸਿੱਧੂ ਮੂਸੇਵਾਲਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ, ਬਹੁਤ ਭਾਰੀ ਇਕੱਠ ਹੈਗਾ? ਬਹੁਤ ਵਧੀਆ ਲੱਗ ਰਿਹਾ ਜੀ, ਇੱਕ ਬਹੁਤ ਮਹਾਨ ਕਲਾਕਾਰ ਸੀਗਾ ਜਿਹਨਾਂ ਦਾ ਬਾਅਦ 'ਚ ਪਤਾ ਲੱਗਿਆ ਵੀ ਕਿੱਥੇ ਤੱਕ ਨਾਮ ਚੱਲਦਾ, ਅੱਜ ਆਲਵਾੜ ਦੇ ਵਿੱਚ ਨਾਮ ਚੱਲਦਾ, ਬਹੁਤ ਦੂਰੋਂ ਦੂਰੋਂ ਅੱਜ ਆਉਂਦੇ ਨੇਗੇ, ਆਪਣਾ ਇੰਡੀਆ ਨਹੀਂ ਇਕੱਲਾ ਵੀ ਮੰਨ ਲਓ ਕਨੇਡਾ ਅਮਰੀਕਾ ਜੋ ਵੀ ਕੰਟਰੀਆਂ ਨੇ ਉੱਥੋਂ ਕੰਟਰੀਆਂ 'ਚੋਂ ਲੋਕ ਇੱਥੇ ਤੱਕ ਆਉਂਦੇ ਨੇ। ਬਾਈ ਦੀ ਬਹੁਤ ਵੱਡੀ ਇੱਕ ਚੜ੍ਹਤ ਬਣੀ ਹੋਈ ਹੈ, ਸਾਡਾ ਇਹੀ ਕਹਿਣਾ, ਇੱਕ ਹੀਰਾ ਗਵਾਇਆ ਗਿਆ ਹਿੰਦੁਸਤਾਨ ਦਾ, ਇੱਕ ਹੀਰਾ ਅੱਜ ਸਾਡੇ ਵਿੱਚ ਨਹੀਂ ਰਿਹਾ। ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਕਿਤੇ ਨਾ ਕਿਤੇ ਲਾਈਨਾਂ ਵੀ ਆਈਆਂ ਨੇ, ਜਿਹੜਾ ਮਰੇ ਨੂੰ ਸਲਾਮਾਂ ਹੁੰਦੀਆਂ ਨੇ ਜਦੋਂ ਇਨਸਾਨ ਚਲਾ ਜਾਂਦਾ, ਉਸ ਤੋਂ ਬਾਅਦ ਸਲਾਮਾਂ ਕਰਦੇ ਆ, ਪਰ ਪਹਿਲਾਂ ਜਿਹੜੀ ਸਾਨੂੰ ਉਹ ਪਰਖ ਨਹੀਂ ਆਉਂਦੀ? ਪਹਿਲਾਂ ਪਰਖ ਹੈ ਸੀ, ਪਰ ਜਿੰਨੀ ਉਸਦੇ ਜਾਣ ਤੋਂ ਬਾਅਦ ਪਰਖ ਹੋਈ ਹੈ ਉਹ ਕੁਛ ਜ਼ਿਆਦਾ ਹੋਊਗੀ, ਅਤੇ ਲੋਕਾਂ ਨੂੰ ਕੁਛ ਇਹ ਹੈ ਹੀ ਨਹੀਂ ਸੀ ਇੰਨੀ ਜਜਮੈਂਟ ਵੀ ਇਸ ਤੋਂ ਤੱਕ ਬੰਦੇ ਦੇ ਵਿੱਚ ਗੁਣ ਹੈ ਵੀ ਗੁਣਾਂ ਦਾ, ਅਤੇ ਬਾਅਦ 'ਚ ਪਤਾ ਲੱਗੇਗਾ। ਪਰ ਅਸੀਂ ਦੁਬਾਰੇ ਫਿਰ ਇਹੀ ਗੱਲ ਕਹਿੰਦੇ ਹਾਂ ਵੀ ਇੱਕ ਸਾਡਾ ਹਿੰਦੁਸਤਾਨ ਦਾ ਹੀਰਾ ਸੀ ਜਿਨ੍ਹਾਂ ਨੇ ਅੱਜ ਸਾਡਾ ਨਾਂ ਵਰਲਡ ਦੇ ਵਿੱਚ ਕਾਇਮ ਕੀਤਾ। ਹਾਂਜੀ ਵੀਰ ਜੀ, ਕਿੱਥੋਂ ਆਏ ਹੋ ਤੁਸੀਂ? ਮੱਤੀ ਤੋਂ ਆਏ ਵੀਰ ਜੀ। ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਇੱਥੇ ਆ ਰਹੇ ਹੋ? ਅਸੀਂ ਬਹੁਤ ਟਾਈਮ ਤੋਂ ਆ ਰਹੇ ਹਾਂ, ਜਦੋਂ ਸਿੱਧੂ ਬਾਈ ਜਿਉਂਦਾ ਸੀਗਾ ਆਪਣਾ, ਅਤੇ ਉਦੋਂ ਦਾ ਵੀ ਅਸੀਂ ਆ ਰਹੇ ਹਾਂ, ਅਤੇ ਇਹਨਾਂ ਮਾਂ ਪਿਓ ਦੇ ਨਾਲ ਮਿਲ ਕੇ ਵੀ ਅਸੀਂ ਗਏਗੇ, ਕਾਫੀ ਟਾਈਮ ਵਧੀਆ ਇਹਨਾਂ ਮਾਂ ਬਾਪ ਦਾ ਵਿਵਹਾਰ ਹੈਗਾ। ਜਦੋਂ ਤੁਸੀਂ ਪਹਿਲਾਂ ਆਉਂਦੇ ਸੀ ਸਿੱਧੂ ਨੂੰ ਕਦੇ ਮਿਲੇ ਸੀ? ਹਾਂਜੀ ਬਾਈ, ਸਿੱਧੂ ਨੂੰ ਮਿਲਦੇ ਸੀਗੇ, ਆਪ ਵੀ ਸਿੱਧੂ ਬਾਈ ਮਿਲਦਾ ਸੀਗਾ, ਅਤੇ ਵਧੀਆ ਹੱਸ ਕੇ ਮਿਲਦਾ ਸੀਗਾ, ਅਤੇ ਚਾਹ ਪਾਣੀ ਵਧੀਆ ਪੁੱਛਦੇ ਸੀਗੇ, ਚਾਹ ਪਾਣੀ ਪੀ ਕੇ ਵੀ ਗਏ। ਇਹਨਾਂ ਦੇ ਘਰੇ ਬਹੁਤ ਵਧੀਆ ਵਿਵਹਾਰ ਸੀ, ਇਹਨਾਂ ਦੀ ਫੈਮਿਲੀ ਮੈਂਬਰਾਂ ਦਾ, ਸਿੱਧੂ ਬਾਈ ਦਾ ਵੀ ਵੀਰੇ। ਜਦੋਂ ਸ਼ਾਮ ਨੂੰ ਖਬਰ ਵਾਇਰਲ ਹੁੰਦੀ ਹੈ ਕਿ ਸਿੱਧੂ 'ਤੇ ਜਿਹੜਾ ਹਮਲਾ ਹੋ ਚੁੱਕਿਆ ਨਾ, ਉਸ ਵਕਤ ਕਿਹੋ ਜਿਹਾ ਮਾਹੌਲ ਸੀ? ਉਸ ਵਕਤ ਬਈ ਜਦੋਂ ਸਿੱਧੂ ਬਾਈ 'ਤੇ ਹਮਲਾ ਹੋਇਆ, ਮੈਂ ਕੰਮ 'ਤੇ ਸੀਗਾ ਉਦੋਂ, ਅਤੇ ਜਦੋਂ ਖਬਰ ਉੱਡ ਗਈ ਵੀ ਐਵੇਂ ਕਰਕੇ ਵੀ ਸਿੱਧੂ ਬਾਈ 'ਤੇ ਹਮਲਾ ਹੋ ਗਿਆ, ਅਤੇ ਮੈਨੂੰ ਯਕੀਨ ਨਾ ਆਇਆ, ਅਤੇ ਮੈਂ ਆਪਣੇ ਜਿਹੜੇ ਕਿ ਅਫਸਰਾਂ ਕੋਲ ਗਿਆ, ਜਿਹੜੇ ਸਾਡੇ ਸੁਪਰਵਾਈਜ਼ਰ ਸੀਗੇ ਉਹਨਾਂ ਕੋਲ ਗਿਆ, ਉਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਵੀ ਸਰ ਮੈਂ ਨਿਊਜ਼ ਵੇਖਣੀ ਹੈ ਵੀ ਇਹ ਫੇਕ ਨਿਊਜ਼ ਹੈ ਕਿ ਸੱਚੀ ਨਿਊਜ਼ ਹੈਗੀ। ਉਹ ਕਹਿੰਦੇ ਸੱਚੀ ਨਿਊਜ਼ ਹੈ, ਕਹਿੰਦੇ ਪਰ ਹੁਣ ਤੂੰ ਕੰਮ ਕਰਨ ਨੂੰ ਹਟ ਜੀ, ਕਿਉਂਕਿ ਉਹਨਾਂ ਨੂੰ ਵੀ ਪਤਾ ਸੀਗਾ ਮੇਰਾ ਉਹਨਾਂ ਨਾਲ ਆਉਣਾ ਜਾਣਾ ਸੀਗਾ, ਅਤੇ ਤਾਂ ਕਰਕੇ ਉਹ ਕਹਿੰਦੇ ਵੀ ਹੁਣ ਕੰਮ ਤੋਂ ਉਹ ਨਾ, ਇਸ ਤੋਂ ਬਾਅਦ ਮੇਰਾ ਕੰਮ 'ਤੇ ਜੀ ਨਹੀਂ ਲੱਗਿਆ, ਬਸ ਇਸ ਤੋਂ ਬਾਅਦ ਮੈਂ ਹਾਫ ਡੇ ਛੁੱਟੀ ਲੈ ਕੇ ਆ ਗਿਆ ਸੀਗਾ ਉਸ ਦਿਨ। ਅੱਜ ਕਿਵੇਂ ਜਨਮ ਦਿਨ ਉਹਦਾ ਮਨਾਇਆ ਜਾ ਰਿਹਾ, ਕਿਵੇਂ ਲੱਗ ਰਿਹਾ ਤੁਹਾਨੂੰ? ਅੱਜ ਵੀਰੇ ਦੇਖੋ ਜਨਮ ਦਿਨ ਮਨਾਇਆ ਜਾ ਰਿਹਾ, ਬਹੁਤ ਵਧੀਆ ਲੋਕਾਂ ਦਾ ਇਕੱਠ ਹੈਗਾ, ਠੀਕ ਹੈ, ਲੋਕਾਂ ਦੇ ਦਿਲਾਂ ਵਿੱਚ ਹਜੇ ਵੀ ਵੱਸਦਾ, ਪਰ ਜਦੋਂ ਬਾਈ ਆਪ ਹੁੰਦਾ ਤਾਂ ਗੱਲ ਹੋਰ ਹੋਣੀ ਸੀਗੀ। ਤੁਸੀਂ ਸਿੱਧੂ ਮੂਸੇਵਾਲ ਨੂੰ ਪਹਿਲਾਂ ਮਿਲਿਓ? ਹਾਂਜੀ ਵੀਰੇ, 2-3 ਵਾਰੀ ਪਹਿਲਾਂ ਮਿਲਿਆਂਗੇ, ਬਹੁਤ ਵਧੀਆ ਨੇਚਰ ਸੀਗਾ, ਸਾਡੇ ਘਰ ਵੀ ਆ ਕੇ ਗਏਗਾ ਸਿੱਧੂ ਮੂਸੇਵਾਲਾ ਬਾਈ, ਮੱਤੀ ਵੀ ਆ ਕੇ ਗਏਗਾ, ਅਤੇ ਸਰਪੰਚ ਦੇ ਥਰੂ ਆਪਣੇ ਹਲੇ ਵੀ ਮੇਰੇ ਜਿਹੜੇ ਫੈਮਿਲੀ ਮੈਂਬਰ ਨੇ ਉਹ ਸਿੱਧੂ ਮਾਂ ਦੇ ਮੰਮੀ ਡੈਡੀ ਨਾਲ ਅੰਦਰ ਬੈਠੇ ਨੇ ਹਵੇਲੀ ਦੇ ਵਿੱਚ ਜੀ। ਠੀਕ ਹੈ ਜੀ। ਹਾਂ ਮੈਂ ਇੱਧਰ ਸੀਗਾ ਤਾਂ। ਹਾਂਜੀ ਵੀਰ ਜੀ, ਕਿੱਥੋਂ ਆ ਰਹੇ ਹੋ? ਆਂਟੀ ਤੁਸੀਂ ਕਿੱਥੋਂ ਆ ਰਹੇ ਹੋ? ਅਸੀਂ ਸਿਰਸਾ ਸ਼ਹਿਰ ਤੋਂ। ਹਾਂਜੀ ਸਿਰਸਾ ਸ਼ਹਿਰ ਤੋਂ।
कितनी दफा आप यहाँ पे आए हो? पहली बार आए। पहली बार? हाँ। सिद्धू के कितने गीत है जो आपने सुने अभी तक? बहुत सारे, बहुत पसंद है मेरे को। मैं सारा दिन कौन सा गीत है जो आपको ज्यादा पसंद है, जो ज्यादा आप कभी गुनगुनाते भी हो? 295 माँ वाला जड़े माँ लगता से मैं तेरे। आज आप आए, उनका जन्मदिन है, तो कैसा लग रहा है? बहुत अच्छा लग रहा है। आप एक माँ हो, जब माँ का बेटा ना हो इस दुनिया में, जन्मदिन मनाना पड़ता, तो एक माँ के दिल पे क्या बीतती है? माँ बाप के लिए तो बहुत मुश्किल है, अपने वर्गे ने इतना महसूस, माँ बाप का तो पता नहीं क्या हाल होगा। पंजाब में तो सुना जाता है, पंजाब के बाहर कितना उसे लोकप्रिय है, कितने हैं वो सिद्धू मूसेवाला, कितना सुना जाता है पंजाब के बाहर? बहुत ही, बहुत ज्यादा, बहुत ज्यादा लोग सुनते हैं। मैं सारा दिन इसके गाने सुनती हूं। हाँ जी पाजी, आप भी इन्हीं के साथ हो? नाल ही आए हैं भाई। किमें लग रहा, कितने टाइम तो जेड़े सिद्धू मूसे वाले सुन रहे हो तुम? शुरू तो ही सुन रहे हैं भाई, शुरू तो ही सुन रहे हैं सिद्धू मूसे वाले। हाँ जी, जन्मदिन कौन कौन आया तुम्हारे नाल? मम्मी आया नाल। हाँ जी, मेरी भांजी हैगी है, छोटी। किमें लग रहा सिद्धू मूसे वाले दुनिया तो चले जाना? बहुत ही माड़ा लग रहा है जी, बहुत माड़ा लग रहा है। हाँ जी, एक वीर होर साडे नाल खड़े है, इन्हां नाल गलबात करांगे। भाजी कित्थों आ रहे हो तुसीं? मानसा तो। मानसा दे खास रहण वाले हो? हाँ जी। तुसीं तां अक्सर ही जिहड़ा सिद्धू नूं किते देखिया होणा गलियां दे विच फिरदे आ, किवें दा सी सिद्धू? हाँ जी, आंदी रहिंदे जी साडे उत्थे मानसा बोटा वेले, गलियां जी फिरदे रहिंदे साडे उत्थे। किवें लगदा जिवें कितें ना कितें कहिंदे कि सिद्धू विच अहंकार सी जां सिद्धू विच पैसा बोलदा सी, किवें लगदा तुहानूं, किस तरह अहंकार सी? अहंकार बोलदा हुंदा भाई, आ ना आउंदे इत्थे, क्योंकि उहदे गीतां विच कहा जांदा कि अहंकार बोलदा ना। ना भाई, जमा अहंकार नहीं हैगा, जे अहंकार हुंदा आनू देख के बन लगे बी पग। एक गल मैं होर कहनी चाहना इतने हंकार वाली गल के उपर, हंकार है जिन्हें कई इतने डर दे, कोई नाम नहीं लेंदे हो, पर मैं सीधा नाम लेंदा जी हंकार से, हंकार ही बंदा है बब्बू मानवीरे, जोड़ा भी उन्होंने मिलने जाता जनू धक्के मार जो थप्पड़ मार, तुम्हें भी कई वीडियो वेखी होनी है किसी सरदार बंदे थप्पड़ मारिया, ठीक है, कोई उन्होंने स्टेज पर मिलने उन्होंने धक्के मार देगा, ठीक है, जे लोगों ने सोनू बनाएगा, ठीक है ना, उन्होंने यहोजा व्यवहार करोगे थोड़े न कोई नहीं तुरता है। लोगों ने सिद्धू मूसे वाला लोगों ने बनाया सीगा, चलो सिद्धू मूसे वाले करके अजे लोग खड़े ने, सारे जने स्टैंड ते खड़े ने, कोई हंकार नहीं सीगा उहदे विच, असीं खुद मिल के गए इहो जी, कोई कदे उहने गलबात कीती नहीं हैगी हंकार बंदे वाली जी। भीरे भाजी, हाँ जी, हाँ जी बोलो। दस दिंदा जिहड़े कहिंदे ने कि सिद्धू मर गया, सिद्धू मरिया नहीं, सिद्धू अज भी जिउंदा, हर इक रोज़ जिउंदा सिद्धू। तां मैं गाने राही दसण लग्गा, कहिंदा ओ जट दा पिंडिया मूसा सुनीदा, मेरी पैड पवे पीवी कत्ती चो, नाट ग्यारह वांगू बुकदा जांदा, सुइयां टप्पियां उत्ते 80 तों, ओ एंटी लाउण स्कीमां सट्टण लई किथे डरदे कुत्तियां, तो शेर कुड़े समझी ना मूसा मर चलिया, आ लै जम्मिया अज तों फेर कुड़े, समझी ना मूसा मर चलिया। एक बई ओ जिहड़ा राका चल रहा ना, उहनूं भी दसना, कहिंदा मैं मैनू सौ लगे है सताद तेरी ही, लीकां कढ़ा के हटनिया मैं, जो बोलदे तैनू माड़ा तहां, चीकां कढ़ा के हटनिया मैं, बैरी बहनो बाणी ही पा लूंगा, ते ठोकू घेर घेर कुड़े, समझी ना मूसा मर चलिया है, आ लै जम्मिया अज तो फेर कुड़े, समझी ना मूसा मर चलिया, आ लै जम्मिया अज तो फेर कुड़े। मेरे याद नहीं आ रहा तुहाडी उम्र किन्नी है? मेरी 21 साल दी। किन्ने टाइम तो जिहड़े तुसीं सिद्धू मूसे वाले सुन रहे हो? जिद्दे दा भाई आया जी इंडस्ट्री चौदे दी। किवें लग्गिया जी जदों उह घटना वापरदी आ सिद्धू मूसे वाला साहब नूं इक खबर आउंदी आ कि सिद्धू मूसे वाले ते हमला हो गया, उस वक्त तुहानूं किहो जिहा लग्गिया सी? ऐ लग्गा जी बस भी पैरां थल्लों जमीन ही खिसक गई। मैं घरे बैठा सी भाई, जदों खबर आई है ना साढ़े बेड़े ते, कहिण लग गए कहिंदे सिद्धू मूसे वाले दे गोलियां वज्जियां, गोलियां वज्जियां। मैं उस टाइम ही सब कुछ छड़ के सरकारी अस्पताल च वग गया। उत्थे सरकारी अस्पताल च रात दे 3 बजे आए हैं भाई, उत्थे सारा दिन सारी रात उत्थे ही रहे सन, असी जान देना भाई। ਇਹ ਵੀਰੇ ਲਾਰੈਂਸ ਹੈ ਜਿਹੜਾ ਆਪਣੇ ਆਪ ਨੂੰ ਵੱਡਾ ਗੁੰਡਾ ਮੰਨਦਾ ਨਾ, ਮੈਂ ਇਹ ਗੱਲ ਕਹਿਣਾ ਹੈਗਾ ਵੀ ਲਾਰੈਂਸ ਇੱਕ ਵਾਰੀ ਐਂ ਕਹਿ ਕੇ ਕਹਦੇ ਵੀ ਬਿਨਾਂ ਸਿਕਿਉਰਿਟੀ ਤੋਂ ਮੈਂ ਮਾਨਸਾ ਰਹੇਗਾ, ਠੀਕ ਹੈ, ਇਹ ਮਾਨਸਾ ਇੱਕ ਵਾਰੀ ਪਹੁੰਚ ਕੇ ਦੇਖ ਲੋਕ ਇਹਨੂੰ ਥਾਪੜਿਆਂ ਨਾਲ ਹੀ ਮਾਰ ਦੇਣਗੇ, ਲਾਰੈਂਸ ਨੂੰ ਆਪਣੇ ਆਪ ਨੂੰ ਇਹ ਵੱਡਾ ਬਣ ਰਿਹਾ ਹੈਗਾ, ਇਹ ਜੇਲ੍ਹਾਂ 'ਚ ਬੈਠੇ ਬਦਮਾਸ਼ ਵੀਰ ਦੇ ਆ। ਸ਼ਾਇਦ ਅੱਜ ਤੁਸੀਂ ਉਹ ਪਿਆਰ ਦੇਖ ਰਹੇ ਹੋ, ਸ਼ਾਇਦ ਵੀਰ ਦਾ ਜਦੋਂ ਵੀਰ ਦੇ ਹਮਲੇ ਦਾ ਨਾਂ ਲਿਆ ਕਿ ਸਿੱਧੂ ਮੂਸੇਵਾਲੇ ਜਦੋਂ ਹਮਲਾ ਹੁੰਦਾ ਉਦੋਂ ਕੀ ਉਦੋਂ ਦਾ ਕਿਹੋ ਜਿਹਾ ਵਾਕਿਆ ਰਹੂ ਵੀਰ ਦੇ ਦਿਲ 'ਤੇ, ਪਰ ਅੱਜ ਵੀ ਜਿਹੜਾ ਉਹ ਭਾਵਕ ਹੋਏ ਆ, ਅੱਜ ਜਨਮਦਿਨ ਮਨਾਇਆ ਜਾ ਰਿਹਾ, ਕਿਵੇਂ ਦੇਖ ਰਹੇ ਹੋ ਤੁਸੀਂ?
ਪਹਿਲਾਂ ਕਦੇ ਆਏ ਹੋ ਸਿੱਧੂ ਮੂਸੇ ਵਾਲੇ? ਆਏ ਜ਼ਰੂਰ ਸੀ ਪਰ ਬਾਈ ਮਿਲਿਆ ਨਹੀਂ ਜੀ, ਬਾਈ ਜਾ ਰਹੇ ਸੀ ਕਿਸੇ ਪਾਸੇ ਤੇ ਅਸੀਂ ਐਸੇ 'ਚ ਹੀ ਰਹਿ ਗਏ ਵੀ ਚੱਲ ਮਾਨਸਾ ਦਾ ਬਾਈ ਕਦੋਂ ਮਰਜ਼ੀ ਆ ਕੇ ਮਿਲ ਜਾਂਗੇ, ਪਰ ਕੀ ਪਤਾ ਸੀ ਯਾਰ ਕਿ ਕਦੇ ਮਿਲ ਹੀ ਨਹੀਂ ਹੋਣਾ। ਪਰ ਇੱਥੇ ਆ ਬਾਈ, ਕੋਈ ਗੱਲ ਨਹੀਂ, ਮਰਦੇ ਜਿੰਨਾ ਚੱਕ ਮਰਦੇ ਨਹੀਂ ਉਹਨਾਂ ਚੱਕ ਇੱਥੇ ਹੀ ਰਹੂਗਾ ਬਾਈ ਜੀ। ਬਿਲਕੁਲ, ਜੇਕਰ ਗੱਲ ਕਰੀਏ ਸਿੱਧੂ ਮੂਸੇ ਵਾਲਾ ਬੇਸ਼ੱਕ ਦੀ ਦੁਨੀਆਂ ਤੋਂ ਚਲਿਆ ਗਿਆ, ਪਰ ਉਹਦੇ ਜਿਹੜੇ ਚਾਹੁਣ ਵਾਲੇ ਆ ਉਹ ਲਗਾਤਾਰ ਵਾਧਾ ਹੋ ਰਿਹਾ। ਕਿਤੇ ਨਾ ਕਿਤੇ ਜਿਹੜੇ ਉਹ ਚਾਹੁਣ ਵਾਲੇ ਆ ਉਹਨਾਂ ਦੇ ਦਿਲ 'ਚ ਅਫਸੋਸ ਲਾਜ਼ਮੀ ਆ ਕਿ ਅਸੀਂ ਸਿੱਧੂ ਮੂਸੇ ਵਾਲੇ ਨੂੰ ਮਿਲ ਨਹੀਂ ਸਕੇ, ਪਰ ਉਹਨਾਂ ਦਾ ਕਹਿਣਾ ਕਿ ਸਿੱਧੂ ਮੂਸੇ ਵਾਲਾ ਬੇਸ਼ੱਕ ਸਰੀਰਕ ਤੌਰ 'ਤੇ ਚਲਿਆ ਗਿਆ ਪਰ ਰੂਹ ਤੌਰ 'ਤੇ ਜਿਹੜਾ ਅੱਜ ਵੀ ਉਹ ਪੰਜਾਬ ਦੇ ਬਾਹਰਲੇ ਲੋਕ ਅਤੇ ਪੂਰੀ ਦੁਨੀਆਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਵੱਸਦਾ ਰਹੇਗਾ। ਮਿਲਦੇ ਕਿਸੇ ਹੋਰ ਨਵੀਂ ਸਟੋਰੀ ਅਤੇ ਨਵੀਂ ਕਹਾਣੀ ਦੇ ਨਾਲ। ਮੈਨੂੰ ਫਿਰੋਜ਼ ਖਾਨ ਦੇ ਇਜਾਜ਼ਤ।